ਲਓ ਜੀ ਮੈਂ ਹੈਗਾ ਆਪਦੇ ਹੋਟਲ ਦੇ ਰੂਮ ਵਿੱਚ ਤੇ ਉਹ ਹੈ ਨਾਇਗਰਾ ਫਾਲ ਅਸਲ ਚ ਉਹ ਹੈਗੀ ਪਤਾ ਨਹੀਂ ਅਮਰੀਕਨ ਸਾਈਡ ਆਫ ਫਾਲ ਤੇ ਆ ਹੈਗੀ ਹੈ ਆਪਣੀ ਨਾਇਗਰਾ ਫਾਲ ਆ ਦੇਖੋ ਬਾਈ ਮੈਂ ਵੀ ਫੋਟੋ ਹੀ ਦੇਖਦਾ ਹੁੰਦਾ ਜੀ ਬਾਈ ਚੱਕੋ ਆ ਨਾਇਗਰਾ ਫਾਲ ਸੋਹਣੀ ਆ ਬਾਈ ਆ ਇੱਥੇ ਆ ਧੂੰਆਂ ਹੀ ਹੁੰਦਾ ਇਹਨਾਂ ਦਾ ਉੱਠਿਆ ਉੱਠਿਆ ਪਾਣੀ ਹੈ ਜਿਹੜਾ ਥੱਲੇ ਵੱਜਦਾ ਐਕਚੁਅਲੀ ਰੀਲੀ ਰੀਲੀ ਨਾਈਸ ਤੇ ਹੈਗੀ ਹੈ ਅਮਰੀਕਨ ਸਾਈਡ ਸੋ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਵੈਲਕਮ ਗੁੱਡ ਮਾਰਨਿੰਗ ਮੇਰੇ ਵਾਲ ਵੂਲ ਬਈ ਖਰਾਬ ਹੋਏ ਹੋਏ ਨੇ ਕਿਉਂਕਿ ਮੈਂ ਹੁਣੇ ਸੁੱਤਾ ਉੱਠਿਆ ਸੈੱਟ ਕਰ ਲੈਂਦੇ ਆਪਾਂ ਅਤੇ ਜਿੰਨੇ ਵੀ ਸੱਜਣ ਮਿੱਤਰ ਲਾਈਵ ਵੇਖ ਰਹੇ ਨੇ ਮੰਮੀ ਵੇਖਣ ਲੱਗ ਗਏ ਲਾਈਵ ਮੰਮੀ ਗੁੱਡ ਮਾਰਨਿੰਗ ਪੈਰੀ ਪਹਿਣਾ ਜੀ ਅਤੇ ਮੈਂ ਇਹੋ ਜੀ ਕੈਨੇਡਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਸੀ ਪਤਾ ਹੀ ਹੋਣਾ ਅਤੇ ਮੇਰੀ ਕੱਲ੍ਹ ਮੈਂ ਵੈਸੇ ਅਮਰੀਕਾ ਗਿਆ ਸੀ ਇੱਥੋਂ ਅਮਰੀਕਾ ਨਾਲ ਹੀ ਹੈ ਇਹਦੇ ਅਤੇ ਬਾਏ ਰੋਡ ਅਤੇ ਕੱਲ੍ਹ ਦਾ ਸਾਰਾ ਦਿਨ ਵੈਸੇ ਮੈਂ ਅਮਰੀਕਾ ਸੀਗਾ ਬਫਲੋ ਦੇ ਵਿੱਚ ਅਤੇ ਜਮਾਂ ਹੀ ਅੱਡ ਆ ਯਾਰ ਅੱਧੇ ਕਿਲੋਮੀਟਰ 'ਚ ਅਮਰੀਕਾ ਸ਼ੁਰੂ ਹੋ ਜਾਂਦਾ ਅੱਧੇ ਕਿਲੋਮੀਟਰ ਨਹੀਂ ਸੋਰੀ ਅੱਧੇ ਘੰਟੇ ਦੀ ਡਰਾਈਵ 'ਤੇ ਉੱਥੋਂ ਦੇ ਘਰ ਦਾ ਸਿਸਟਮ ਦੇ ਇੱਧਰਲੇ ਘਰ ਵੀ ਡਿਫਰੈਂਟ ਸੜਕਾਂ ਵੀ ਸਭ ਕੁਛ ਜਿਵੇਂ ਆਪਾਂ ਪੁਰਾਣੀਆਂ ਫਿਲਮਾਂ ਨਹੀਂ ਦੇਖਦੇ ਹੁੰਦੇ ਹਿੰਦੀ ਇੰਗਲਿਸ਼ ਉਹ 'ਚ ਜਿਹੜੇ ਉਹ ਜਿਹੜੇ 7-11 ਸਟੋਰੀ ਇਹ ਉਹ ਜਮਾਂ ਹੀ ਅਮਰੀਕਾ ਅਤੇ ਕੈਨੇਡਾ ਦੇ ਟੋਟਲੀ ਡਿਫਰੈਂਟ ਨੇ ਵੈਸੇ ਆਪਾਂ ਸੋਚਦੇ ਹਾਂ ਕਿ ਇਕੱਠੇ ਇਕੱਠੇ ਨੇ ਕੰਟਰੀ ਮਸਟ ਬੀ ਸੇਮ ਬਟ ਦੇ ਨੋਟ ਇੱਕ ਵਾਰੀ ਫਿਰ ਤੋਂ ਜਿੰਨੇ ਵੀ ਲਾਈਵ ਸੱਜਣ ਵੇਖ ਰਹੇ ਨੇ ਬਹੁਤ ਦੇਰ ਬਾਅਦ ਲਾਈਵ ਹੋਇਆ ਗੁੱਡ ਮਾਰਨਿੰਗ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡੇ ਦਾ ਉੱਥੇ ਸ਼ਾਮ ਦੇ 7:30 ਵਜੇ ਹੋਏ ਨੇ ਬਸ ਤੁਹਾਨੂੰ ਇਹੀ ਗੱਲ ਦੱਸਣੀ ਚਾਹੁੰਦਾ ਜੀ ਕਿ ਕਮਲ ਖੈਰੇ ਦਾ ਗਾਣਾ ਆ ਰਿਹਾ ਜੀ ਕੱਲ੍ਹ ਨੂੰ ਬਾਹਲੀ ਸੋਹਣੀ ਅਤੇ ਮੈਂ ਸਪੈਸ਼ਲੀ ਲਾਈਵ ਇਸੇ ਗੱਲ ਕਰਕੇ ਹੋਇਆ ਕਿਉਂਕਿ ਗਾਣਾ ਮੇਰੇ ਓਕੇ ਗਾਣਾ ਇਹ ਸੀਜ਼ਨ ਦੇ ਮੇਰੇ ਫੇਵਰੇਟ ਗਾਣਿਆਂ 'ਚੋਂ ਇੱਕ ਹੈ ਅਤੇ ਮੈਨੂੰ ਕਈ ਗਾਣੇ ਹੁੰਦੇ ਨੇ ਜਿਨ੍ਹਾਂ ਦੀ ਤੁਹਾਨੂੰ ਲੱਗਦਾ ਕਿ ਯਾਰ ਇਹ ਗਾਣਾ ਇੰਨਾ ਖੂਬਸੂਰਤ ਸੀਗਾ ਅਤੇ ਇਹਦੀ ਵੀਡੀਓ ਇਸ ਕਰਕੇ ਲੋਕਾਂ ਨੂੰ ਜ਼ਿਆਦਾ ਵਧੀਆ ਲੱਗੂਗੀ ਸੋ ਮੈਨੂੰ ਲੱਗਦਾ ਕਿ ਗਾਣੇ ਦੀ ਜਿਹੜੀ ਖੂਬਸੂਰਤੀ ਹੈ ਉਹ ਵੀਡੀਓ ਬਣਾਉਂਦੀ ਆ ਅਤੇ ਮੈਂ ਇਹਦਾ ਕ੍ਰੈਡਿਟ ਸਾਰਾ ਕਮਲ ਨੂੰ ਦੇਣਾ ਚਾਹੁੰਦਾ ਇੰਨਾ ਸੋਹਣਾ ਗਾਣਾ ਅਤੇ ਪ੍ਰੀਤ ਹੁੰਦਲ ਵੀਰੇ ਨੇ ਮਿਊਜ਼ਿਕ ਦਿੱਤਾ ਗਾਣੇ ਦਾ ਪ੍ਰੀਤ ਹੁੰਦਲ ਵੀਰੇ ਨੇ ਇਹੀ ਗਾਣਾ ਲਿਖਿਆ ਬਹੁਤ ਕਮਾਲ ਦਾ ਗਾਣਾ ਸਪੀਡ ਰੈਕਡ ਤੋਂ ਆ ਰਿਹਾ ਸੋ ਸੋਨੂੰ ਭਾਜੀ ਹੋਰਾਂ ਦਾ ਥੈਂਕ ਯੂ ਅਤੇ ਗੋਲਡ ਮੀਡੀਆ ਪ੍ਰਮੋਸ਼ਨ ਕਰ ਰਿਹਾ ਸੋ ਕੇ ਵੀ ਹੋਣਾ ਦਾ ਵੀ ਥੈਂਕ ਯੂ ਸਾਰੇ ਜਾਣਿਆਂ ਦਾ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਕੀ ਕਹਿੰਦੇ ਨੇ ਐਡਵਾਂਸਡ ਥੈਂਕ ਯੂ ਕਹਿੰਦਾ ਕਿਉਂਕਿ ਮੈਨੂੰ ਪਤਾ ਤੁਸੀਂ ਸਾਰਿਆਂ ਨੇ ਗਾਣੇ ਨੂੰ ਬਹੁਤ ਸਪੋਰਟ ਕਰਨੀ ਹੈ ਪਿਆਰ ਕਰਨਾ ਸ਼ੇਅਰ ਕਰਨਾ ਗਾਣਾ ਅਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਕੈਨੇਡਾ ਦੇ ਦਰਸ਼ਨ ਵੀ ਕਰਾਉਂਦੇ ਰਹਾਂਗੇ ਆਹ ਦੇਖੋ ਭਾਈ ਇੱਕ ਵਾਰੀ ਫਿਰ ਤੋਂ ਜਿਹੜੇ ਬੰਦੇ ਆ ਨੇ ਲੇਟ ਆਹ ਦੇਖੋ ਨਾਇਗਰਾ ਫਾਲਸ ਅਸੀਂ ਹੁਣੇ ਉੱਠ ਕੇ ਫਿਰ ਚੱਲੇ ਹਾਂ ਅਮਰੀਕਾ ਉੱਥੇ ਅਸਲ 'ਚ ਕੱਪੜੇ ਲੀੜੇ ਸਸਤੇ ਮਿਲ ਜਾਂਦੇ ਨੇ ਆਹ ਕੱਲ੍ਹ ਉੱਥੋਂ ਹੀ ਲੈ ਗਿਆ ਮੈਂ ਅਤੇ ਇਹ ਵੀ ਬੈਨੀਫਿਟ ਹੈ ਇੱਕ ਕੈਨੇਡਾ ਦਾ ਉਹ ਅਮਰੀਕਾ ਦਾ ਸੋਰੀ ਕਿ ਉੱਥੋਂ ਕੱਪੜੇ ਸਸਤੇ ਮਿਲ ਜਾਂਦੇ ਨੇ ਆਪਣਾ ਅੰਮ੍ਰਿਤ ਸਿੰਘ ਗਿੱਲ ਜੀ ਅਤੇ ਗੁਰਮੁਖ ਦੁਆਬੀਆ ਜਿੰਨੇ ਵੀ ਰਿਜਵਾਨ ਸਲੀਮ ਖਾਨ ਕੀ ਹਾਲ ਹੈ ਵੀਰੇ ਯਾਰ ਮੈਨੂੰ ਰੀਸੈਂਟਲੀ ਨਾ ਆਪਣੇ ਬਹੁਤ ਮੈਸੇਜ ਆ ਰਹੇ ਸੀ ਕਿ ਤੂੰ ਲਾਈਵ ਨਹੀਂ ਹੁੰਦਾ ਹੈਗਾ ਅਤੇ ਮੈਂ ਤਾਂ ਗਿਆ ਕੋਈ ਗੱਲ ਨਹੀਂ ਲਾਈਵ ਇਹਨੇ ਆਪਾਂ ਅਤੇ ਸੁੱਤਾ ਉੱਠਿਆ ਸੋਰੀ ਮੇਰਾ ਥੋੜ੍ਹਾ ਜਿਹਾ ਦਿਮਾਗ ਹਲਕਾ ਜਿਹਾ ਡੈਡੇ ਅਤੇ ਥੈਂਕ ਯੂ ਜੀ ਵਾਲ ਮੇਰੇ ਖਰਾਬ ਨੇ ਕੋਈ ਗੱਲ ਨਹੀਂ ਪਰ ਚਲੋ ਕੋਈ ਗੱਲ ਨਹੀਂ ਗਿੱਲ ਸੁਖਦੀਪ ਕਿੱਦਾਂ ਬਾਈ ਵਧੀਆ ਵੀਰੇ ਵਧੀਆ ਵਧੀਆ ਅਤੇ ਨੈਕਸਟ ਮੂਵੀ ਵੀਰੇ ਇੰਡੀਆ ਆ ਕੇ ਅਸੀਂ ਅਨਾਊਂਸ ਕਰ ਦੇਣੀ ਹੈ ਬਹੁਤ ਜਲਦੀ ਸੋ ਐਵਰੀਥਿੰਗ ਇਜ਼ ਰੈਡੀ ਬਸ ਇੰਡੀਆ ਆ ਜਾਈਏ ਇੱਕ ਵਾਰੀ ਅਤੇ ਮੈਨੂੰ ਸੀਗਾ ਮੈਂ ਥੋੜ੍ਹਾ ਛੁੱਟੀਆਂ ਮਨਾਉਣੀਆਂ ਚਾਹੁੰਦਾ ਸੀਗਾ ਤੁਸੀਂ ਦੇਖਿਆ ਹੋਊਗਾ ਮੈਂ ਜਿਹੜੇ ਲਾਈਵ 'ਤੇ ਆਪਣੇ ਇੰਸਟਾਗ੍ਰਾਮ ਸਨੈਪਚੈਟ 'ਤੇ ਜੁੜੇ ਹੋਏ ਨੇ ਮੈਂ ਇੱਥੇ ਆਪਦੇ ਹਰ ਲਾਈਵ 'ਚ ਮੈਂ ਹਮੇਸ਼ਾ ਜ਼ਿਕਰ ਕਰਦਾ ਹੁੰਦਾ ਸੀ ਕੈਨੇਡਾ ਵਾਲੇ ਬਰਾੜ ਦਾ ਸੋ ਮੈਂ ਬਰਾੜ ਦੇ ਘਰ ਆਇਆ ਹੋਇਆ ਮੈਂ ਬਰਾੜ ਘਰ ਹੁੰਦਾ ਅਤੇ ਬਰਾੜ ਦੀ ਛੋਟੀ ਜਿਹੀ ਬੇਟੀ ਹੈ ਅੰਬਰ 10 ਕੁ ਮਹੀਨਿਆਂ ਦੀ ਉਹਦੇ ਨਾਲ ਖੇਡਦਾ ਰਹਿੰਦਾ ਸਾਰਾ ਦਿਨ ਸੋ ਮੈਂ ਥੋੜ੍ਹੀਆਂ ਛੁੱਟੀਆਂ ਬਣਾਉਣੀਆਂ ਚਾਹੁੰਦਾ ਸੀ ਕੰਮ ਕਾਰ ਬਹੁਤ ਜ਼ਿਆਦਾ ਹੋ ਗਏ ਸੀਗੇ ਥੱਕ ਗਿਆ ਸੀਗਾ ਅਤੇ ਥੋੜ੍ਹਾ ਫੈਮਿਲੀ ਟਾਈਮ ਥੋੜ੍ਹਾ ਬੰਦੇ ਨੂੰ ਨਾ ਆਪਣਾ ਨੋਰਮਲ ਫੀਲ ਕਰਨਾ ਚਾਹੁੰਦਾ ਸੀਗਾ ਭਾਬੀ ਹੋਣਾ ਕੋਲ ਬਰਾੜ ਹੋਰਾਂ ਕੋਲ ਘਰ ਹੋਈਦਾ ਸੀਗਾ ਸ਼ਾਮੀ ਬਾਰਬੀਕਿਊ ਕਰ ਲਿਆ ਗੱਲਾਂ ਬਾਤਾਂ ਮਾਰ ਲਈਆਂ ਪੁਰਾਣੀਆਂ ਗੱਲਾਂ ਯਾਦ ਕਰ ਲਈਆਂ ਅਤੇ ਵਿੱਕੀ ਸੰਧੂ ਤੇਰਾ ਪੋਸਟਰ ਨਹੀਂ ਆਇਆ ਮੈਂ ਲਾਈਵ ਹੀ ਹੋ ਗਿਆ ਖੈਰੇ ਲਈ ਪਹਿਲਾਂ ਵਿੱਕੀ ਸੰਧੂ ਨੂੰ ਕਿਹਾ ਸੀ ਪੋਸਟਰ ਬਣਾ ਕੇ ਪਾ ਦੇ ਰਿਲੀਜ਼ਿੰਗ ਟਮੋਰੋ ਕਮਲ ਖੈਰੇ ਦਾ ਗਾਣਾ ਆਉਣਾ
ਇਹ ਟਾਈਮ ਲਾਈ ਗਿਆ, ਫਿਰ ਮੈਂ ਕਿਹਾ ਲਾਈ ਵੀ ਹੋ ਜਾਓ। ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜੀ, ਖਹਿਰਾ ਮੇਰੀ ਜਿੰਦ ਜਾਣ ਹੈ, ਮੇਰਾ ਭਰਾ ਹੈ, ਬਹੁਤ ਜ਼ਿਆਦਾ ਚੰਗਾ ਮੁੰਡਾ, ਬਹੁਤ ਦੇਰ ਤੋਂ ਸਟਰਗਲ ਕਰ ਰਿਹਾ। ਖਹਿਰੇ ਦੇ ਗਾਣੇ ਤੁਸੀਂ ਪਹਿਲਾਂ ਹੀ ਪਹਿਲੇ ਬੈਂਚ ਵੇਲੇ ਤੋਂ ਸੁਣਦੇ ਆ ਰਹੇ ਹੋ, ਹੈ ਨਾ, ਈਵਨ ਮੇਰੇ ਤੋਂ ਵੀ ਪੁਰਾਣਾ ਇੰਡਸਟਰੀ ਦੇ ਵਿੱਚ। ਅਤੇ ਮੈਂ ਦਿਲੋਂ ਚਾਹੁੰਦਾ ਖਹਿਰਾ ਸਕਸੈਸਫੁਲ ਹੋਵੇ, ਮੈਂ ਦਿਲੋਂ ਚਾਹੁੰਦਾ ਉਹਦਾ ਗਾਣਾ ਸਕਸੈਸਫੁਲ ਹੋਵੇ, ਕਿਉਂਕਿ ਉਹਦਾ ਗੀਤ ਹੀ ਬਹੁਤ ਸੋਹਣਾ, ਉਹਦੇ ਬੋਲ ਨੇ ਉਹਨੀ ਤੂੰ ਬਾਹਲੀ ਸੋਹਣੀ, ਮੈਂ ਨਾ ਵੇਖਣੇ ਨੂੰ ਇੰਨਾ ਸੋਹਣਾ, ਸਦਕੇ ਜਾਵਾਂ ਮਿੱਠੀਏ ਤੇਰੇ ਜਿੰਨਾ ਕਿਹਨੇ ਮੈਨੂੰ ਚਾਹੁੰਣਾ। ਬਹੁਤ ਸੋਹਣਾ ਗਾਣਾ, ਬਹੁਤ ਜ਼ਿਆਦਾ ਵਧੀਆ। ਅਤੇ ਵੈਸੇ ਮੇਰੇ ਅੱਜ ਕੱਲ੍ਹ ਗਾਣਿਆਂ 'ਚ ਫੀਚਰਿੰਗ ਘੱਟ ਹੁੰਦੀ ਆ, ਤੁਹਾਨੂੰ ਪਹਿਲਾਂ ਦੱਸ ਰਿਹਾ, ਮੇਰਾ ਜਿਹੜਾ ਸ਼ੋਟ ਹੈ ਗਾਣੇ ਦੇ ਵਿੱਚ ਉਹ ਖਹਿਰੇ ਨੇ ਧੱਕੇ ਨਾਲ ਪਵਾਇਆ ਕਿ ਬਾਈ ਤੂੰ ਇਹ ਵਾਲਾ ਸ਼ੋਟ ਦੇਣਾ, ਠੀਕ ਆ। ਸੋ ਉਹ ਮੈਂ ਆਪਦੇ ਆਪ ਨੂੰ ਕੋਈ ਸੋਹਣਾ ਨਹੀਂ ਕਹਿ ਰਿਹਾ, ਉਹ ਤਾਂ ਹੁਣ ਖਹਿਰੇ ਨੇ ਲੜ ਕੇ ਮੇਰੇ ਨਾਲ ਮੈਨੂੰ ਉਹ ਸ਼ੋਟ ਦਿੱਤਾ। ਸੋ ਮੇਰਾ ਸ਼ੋਟ ਵੀ ਹੈਗਾ ਗਾਣੇ 'ਚ, ਮੈਂ ਪ੍ਰੋਪਰ ਫੀਚਰ ਵੀ ਕਰ ਰਿਹਾ। ਸੋ ਮੇਰੇ ਵੱਲੋਂ ਖੈਰੇ ਨੂੰ ਦਿਲੋਂ ਬੈਸਟ ਵਿਸ਼ਸ, ਦਿਲੋਂ ਕੀ ਕਹਿੰਦੇ ਨੇ ਸ਼ੁਭ ਇੱਛਾਵਾਂ। ਭਰਾ ਰੌਕੀ ਮੈਂਟਲ ਦੇ ਤੁਸੀਂ ਦੇਖੇ ਹੋਊਗਾ, ਸਾਰੇ ਕੀ ਕਹਿੰਦੇ ਨੇ ਟੂਰ ਦੇ ਵਿੱਚ ਸਾਡੇ ਨਾਲ ਸੀਗਾ। ਅਤੇ ਖੈਰਾ ਇਜ਼ ਐਕਚੁਅਲੀ ਅ ਵੈਰੀ ਵੈਰੀ ਜੈਨੂਨ ਐਂਡ ਅ ਨਾਈਸ ਗਾਏ। ਅਤੇ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਮੈਨੂੰ ਪਿਆਰ ਕਰਨ ਵਾਲੇ ਮੇਰੇ ਫੈਨਸ ਨੇ, ਮੇਰੇ ਸਪੋਰਟਰਸ ਨੇ, ਸਾਰੇ ਖੈਰੇ ਨੂੰ ਜ਼ਰੂਰ ਪਿਆਰ ਕਰੋਗੇ ਜੀ, ਅਤੇ ਗਾਣਾ ਪ੍ਰੋਪਰ ਸ਼ੇਅਰ ਕਰੋਗੇ ਇੰਸਟਾਗ੍ਰਾਮ, ਫੇਸਬੁੱਕ, ਸਾਰੇ ਕਿਤੇ ਆਪਣਾ। ਸੋ ਇੱਕ ਵਾਰੀ ਨਵੀਂ ਮੂਵੀ ਦੀ ਗੱਲ ਕਰ ਰਹੇ ਸੀਗੇ, ਮੂਵੀ ਦੀ ਅਨਾਊਂਸਮੈਂਟ ਬਹੁਤ ਜਲਦੀ ਹੈ ਜੀ, ਮੂਵੀ ਵੀ ਲੈਟ ਯੂ ਗਾਇਜ਼ ਨੋ। ਅਤੇ ਨੈਕਸਟ ਈਅਰ ਅਸੀਂ ਰੌਕੀ 2 ਵੀ ਸ਼ੁਰੂ ਕਰ ਦੇਣੀ ਹੈ। ਸੋ ਉਹਦੇ ਲਈ ਵੀ ਥੈਂਕ ਯੂ ਸਾਰਿਆਂ ਦਾ, ਆਵਾਜ਼ ਮੇਰੀ ਬਹੁਤ ਭਾਰੀ ਜੀ ਹੋਈ ਹੋਈ ਹੈ, ਐਂ ਮੈਸੇਜ ਨਾਲ ਨਾਲ ਪੜ੍ਹ ਰਿਹਾ ਸੀ। ਥੈਂਕ ਯੂ ਵੀਰੇ, ਕੋਂਗਰੈਚੁਲੇਸ਼ਨ ਤੁਹਾਨੂੰ ਸਾਰਿਆਂ ਨੂੰ, ਸਕਸੈਸ ਤੁਹਾਡੀ ਸਾਰਿਆਂ ਦੀ ਹੈ ਜੀ। ਅਤੇ ਇਰਫਾਨ, ਮਨਪ੍ਰੀਤ ਸੰਧੂ, ਨਾਈਸ ਬ੍ਰਦਰ। ਅਤੇ ਹੁਣ ਮੇਰਾ ਪਹਿਲਾਂ ਦਾ ਕੋਈ ਪਲੈਨ ਨਹੀਂ ਸੀਗਾ ਆਪਣਾ, ਪਹਿਲਾਂ ਮੈਨੂੰ ਆਇਆ ਸੀ ਮੈਂ ਤਾਂ 4 ਕੁ ਦਿਨ ਕੈਨੇਡਾ ਹੋਊਂਗਾ, ਉਸ ਤੋਂ ਬਾਅਦ ਮੈਂ ਚਲੇ ਆਊਂਗਾ ਮੈਕਸੀਕੋ, ਕੈਨਕੂਨ। ਅਤੇ ਮੈਕਸੀਕੋ 'ਚ ਹੀ ਹੈ ਨਾ ਕੈਨਕੂਨ, ਉੱਥੇ ਉਹ ਆ ਗਿਆ ਕੀ ਕਹਿੰਦੇ ਨੇ ਆਪਣਾ ਅਰਥਕੁਇਕ ਹੁੰਦਾ, ਇੱਕ ਦੂਜਾ ਕਿਹੜਾ ਹੁੰਦਾ ਆਪਣਾ, ਉਹ ਯਾਰ ਡਿਜ਼ਾਸਟਰ ਜਿਹਾ ਜਿਹਨੂੰ ਕੀ ਕਹਿੰਦੇ ਨੇ, ਸਾਈਕਲੋਨ ਆ ਗਿਆ, ਹਾਂ ਕੁਛ ਇਹੋ ਜਿਹਾ। ਉਹ ਆਹ ਦੇਖੋ, ਤੁਹਾਨੂੰ ਚੀਜ਼ ਦਿਖਾਵਾਂ, ਮੈਂ ਕਰਨ ਜਾਣਾ ਹੁਣ। ਉਹ ਦੇਖੋ ਜਿਹੜਾ ਉਹ ਸ਼ਿਪ ਜੀ ਦੇਖੀ ਹੈ ਤੁਸੀਂ, ਆਹ ਦੇਖੋ, ਆਹ ਦੇਖੋ, ਆਹ ਏਡੇ ਬਾਬੇ ਪਾਣੀ ਦੇ ਵਿੱਚ ਗੱਬੇ ਤੁਰਿਆ ਫਿਰਦਾ ਸ਼ਿਪ। ਉਦੋਂ ਬਾਅਦ ਇਹਨੇ ਚਲੇ ਜਾਣਾ ਉਹ ਉੱਧਰਲੇ ਪਾਸੇ, ਹਟ ਜਾਓ, ਉਹ ਜ਼ੂਮ ਆਊਟ ਕਿੱਥੋਂ ਹੋਊਗਾ, ਜ਼ੂਮ ਆਊਟ, ਆਹ ਦੇਖੋ, ਆਹ ਬਹੁਤ ਡੂੰਘਾ, ਇਹ ਆਪਾਂ ਨੂੰ ਐਂ ਲੱਗੀ ਜਾਂਦਾ, ਇਹ ਡੂੰਘਾ ਬਹੁਤ ਜ਼ਿਆਦਾ। ਆਹ ਸ਼ਿਪ 'ਤੇ ਹੁਣ ਮੈਂ ਜਾਣਾ, ਆ ਜਮਾਂ ਫੈਰੀ ਜੀ ਹੁੰਦੀ ਹੈ ਜਿਹੜੀ ਸ਼ਿਪ ਕਹੀ ਜਾਂਦਾ, ਸੋਰੀ, ਹਾਂ ਆ ਫੈਰੀ ਹੁੰਦੀ ਹੈ ਜਿਹੜੀ, ਇਹਨਾਂ ਨੇ ਜਮਾਂ ਫਾਲਸ ਦੇ ਕੋਲੇ, ਠੀਕ ਹੈ। ਨਵਾਂ ਗਾਣਾ ਜੇ ਤੁਸੀਂ ਕਹਿੰਦੇ ਹੋ ਮੈਂ ਕਰ ਦਿੰਦਾ, ਮੇਰੇ ਕੋਲ ਗਾਣੇ ਤਾਂ ਰੈਡੀ ਹੈਗੇ ਨੇ 2 ਕੁ, ਮੇਰਾ ਆਪ ਮਨ ਕਰੀ ਜਾਂਦਾ ਗਾਣਾ ਕਰਨ ਦਾ। ਅਤੇ ਤੁਸੀਂ ਕਰ ਦਿਆ ਕਰੋ ਕਮੈਂਟ ਕਮੁੰਟ, ਨਾ ਦੱਸ ਦਿਆ ਕਰੋ ਥੋੜ੍ਹਾ ਜਿਹਾ ਕਿ ਕਮੈਂਟ ਅਗਲਾ ਗਾਣਾ ਕਰ ਦਈਏ ਨਾ ਕਰੀਏ, ਨਹੀਂ ਕਹਿੰਦੇ ਨਹੀਂ ਕਰਦੇ, ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਬੋਲ ਦਿਓ ਥੋੜ੍ਹਾ ਬਾਈ, ਨਵਾਂ ਗਾਣਾ ਯਾਰ ਮੈਂ ਸੁੱਤਾ ਉੱਠਿਆ ਬਾਈ, ਉੱਤੋਂ ਗਾਉਣਾ ਤਾਂ ਮੈਨੂੰ ਵੈਸੇ ਨਹੀਂ ਆਉਂਦਾ। ਉਹ ਮੈਂ ਜਿਹੜਾ ਰੌਕੀ ਮੈਂਟਲ ਦਾ ਪ੍ਰਮੋਸ਼ਨਲ ਟੂਰ ਹੈ ਨਾ, ਅਤੇ ਮੈਂ ਉਹਦਾ ਉਹ ਸ਼ੇਅਰ ਕਰਨਾ ਚਾਹੁੰਦਾ ਜੀ ਸਾਰਿਆਂ ਨਾਲ। ਉਹ ਗਾਉਣ ਦਾ ਨਾ ਵੱਲ ਮੈਨੂੰ ਹੋਣ ਨਾ ਗਰਾਰੀਆਂ, ਸਿੱਧਾ ਸਿੱਧਾ ਗਾਵਾਂ ਤਾਂ ਵੀ ਵੱਜਦੀਆਂ ਤਾੜੀਆਂ, ਆਹ ਸੀਗਾ ਜਿਹੜਾ ਮੈਂ ਸਨੈਪਚੈਟ 'ਤੇ ਪਾਇਆ ਸੀਗਾ। ਬਾਲਾਂ ਦਾ ਹਾਲ ਦੇਖ ਲਓ ਮੇਰਿਆਂ ਦਾ ਕੀ ਹਾਲ, ਕਰ ਦਈਏ ਗਾਣਾ, ਗਿੱਲ ਕਹਿੰਦਾ ਕਰ ਦੋ ਬਾਈ। ਉਹ ਇੱਕ ਦੂਜੇ ਨਾਲੋਂ ਜ਼ਿਆਦਾ ਮੇਰੀ ਮੱਤ ਪਈ ਸੀ ਮਾਰੀ, ਇੱਕ ਅੱਖ ਤੇਰੀ ਜਾਨੇ ਦੂਜੀ ਬੇਰੁਜ਼ਗਾਰੀ, ਉਹ ਸਿਡਨੀ ਚ ਭਾਂਡੇ ਵੀ ਮੰਜਾ ਗਈ ਤੇਰੀ ਯਾਰੀ, ਤਾਨੇ ਲੰਡੂਆਂ ਦੇ ਸਹਿੰਦੇ ਸਹਿੰਦੇ ਆ ਗਈ ਮੇਰੀ ਵਾਰੀ, ਉਹ ਨਾ ਹੀ ਮਰੇ ਨਾ ਹੀ ਡਰੇ ਨਾ ਹੀ ਨਸ਼ਿਆਂ ਚ ਵੜੇ, ਮਰੇ ਨਾ ਹੀ ਡਰੇ ਨਾ ਹੀ ਨਸ਼ਿਆਂ ਚ ਵੜੇ, ਵੇਖ ਮਿਹਨਤਾਂ ਦਾ ਮੁੱਲ ਬਾਬਾ ਪਾ ਗਿਆ, ਆ ਲਚਕ ਮੈਂ ਆ ਗਿਆ, ਉਹ ਇੱਕ ਕਿਰਪਾ ਮੇਰੀ ਮਾਂ ਦੀ, ਮੇਰੀ ਮਾਂ ਦੇਖੀ ਜਾਂਦੀ ਆ ਮੇਰਾ ਲਾਈਵ, ਹੈ ਮੰਮੀ,
ਮਣੀ ਸੰਧੂ ਬਹੁਤ ਸੋਹਣੀ ਮੂਵੀ ਹੈ ਰੋਕੀ ਮੈਂਟਲ ਕਹਿੰਦਾ ਗੁੱਡ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਮਣੀ ਜੀ ਰੋਕੀ ਮੈਂਟਲ ਰਿਟਰਨ ਕਦੋਂ ਆਵੇ ਉਹ ਵੀਰੇ 2019 ਦੇ ਵਿੱਚ ਕਿਉਂਕਿ ਉਦੋਂ ਪਹਿਲਾਂ ਇੱਕ ਦੋ ਹੋਰ ਮੂਵੀਜ਼ ਪਲਾਨ ਨੇ ਨਵੇਂ ਗਾਣੇ ਤੁਸੀਂ ਕਮੈਂਟ ਕਰ ਰਹੇ ਹੋ ਉਸ ਦਾ ਮਤਲਬ ਕੀਤੇ ਜਾ ਸਕਦੇ ਨੇ ਅਤੇ ਗਰਲਸ ਕਮੈਂਟ ਕਰ ਰਹੇ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਓਕੇ ਜੀ ਇਨ ਨਾਇਗਰਾ ਫੋਲਸ ਸਪੈਸ਼ਲ ਪਰਸਨ ਓ ਮਾਈ ਗੋਡ ਵੀ ਆਰ ਸਟਿਲ ਸਲੀਪਿੰਗ ਅਤੇ ਚਲੋ ਜੀ ਹੁਣ ਤੁਹਾਡੇ ਤੋਂ ਲੈਂਦੇ ਇਜਾਜ਼ਤ ਇੱਕ ਵਾਰੀ ਫਿਰ ਤੋਂ ਕਮਲ ਖੈਰੇ ਦਾ ਗਾਣਾ ਮੇਰੀ ਜਿੰਦ ਜਾਣ ਦਾ ਕਮਲ ਦਾ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਯਾਰ ਕੱਲ੍ਹ ਜਦ ਤੁਹਾਨੂੰ ਗਾਣਾ ਆਊਗਾ ਤੁਸੀਂ ਸਾਰਿਆਂ ਨੇ ਸ਼ੇਅਰ ਕਰਨਾ ਕੋਮੈਂਟ ਕਰਨਾ ਦੱਸਣਾ ਤੁਹਾਨੂੰ ਕਿਵੇਂ ਲੱਗਿਆ ਆਪਣੇ ਜਿੰਨੇ ਵੀ ਤੁਹਾਡੇ ਸੋਸ਼ਲ ਮੀਡੀਆਜ਼ ਨੇ ਭਾਵੇਂ ਉਹ ਸਨੈਪਚੈਟ ਹੈ ਭਾਵੇਂ ਇੰਸਟਾਗ੍ਰਾਮ ਹੈ ਸਾਰਿਆਂ 'ਤੇ ਪਾਉਣਾ ਮੈਨੂੰ ਤੁਸੀਂ ਇੰਸਟਾਗ੍ਰਾਮ 'ਤੇ ਜਿੱਥੇ ਜਿੱਥੇ ਅਟੈਕ ਕਰ ਦੋਗੇ ਮੈਂ ਸਾਰੀਆਂ ਫੋਟੋਆਂ ਲਾਈਕ ਕਰੂੰਗਾ ਸਾਰਿਆਂ ਥੱਲੇ ਕਮੈਂਟ ਕਰੂੰਗਾ ਜ਼ਿੰਮੇਵਾਰੀ ਸਮਝ ਕੇ ਤੁਸੀਂ ਕੱਲ੍ਹ ਕਮਲ ਖੈਰੇ ਦਾ ਗਾਣਾ ਰਿਲੀਜ਼ ਸ਼ੇਅਰ ਕਰਨਾ ਹੈ ਜੀ ਬਾਹਲੀ ਸੋਹਣੀ ਅਤੇ ਉਸ ਤੋਂ ਬਾਅਦ ਖੈਰੇ ਦਾ ਅਗਲਾ ਗਾਣਾ ਗੱਡੀ ਉਹ ਵੀ ਪੂਰਾ ਰੈਡੀ ਉਹ ਵੀ ਪੂਰਾ ਵਧੀਆ ਗਾਣਾ ਸਿਰਾ ਗਾਣਾ ਉਹ ਗਾਣੇ ਦੱਸਣ ਬਾਰੇ ਮੇਰਾ ਬਹੁਤ ਜ਼ਿਆਦਾ ਮਾਣ ਹੈ ਪਰ ਮੈਂ ਨਹੀਂ ਦੱਸੂੰਗਾ ਅਤੇ ਸਾਰੇ ਜਣਿਆਂ ਨੂੰ ਇੱਕ ਵਾਰੀ ਫਿਰ ਤੋਂ ਬੇਨਤੀ ਕਰਦਾ ਜੀ ਕਿ ਕਮਲ ਖੈਰੇ ਦਾ ਗਾਣਾ ਸਾਰਿਆਂ ਨੇ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਅਤੇ ਦੱਸਣਾ ਕਿਵੇਂ ਲੱਗਿਆ ਅਤੇ ਤੱਕ ਬਾਦੋ ਸ਼ੇਅਰਿੰਗ ਵਾਲੀ ਅਤੇ ਬੈਸਟ ਆਫ ਲੱਕ ਟੂ ਖੈਰੇ ਖੈਰੇ ਬਿਗ ਡੇ ਟਮੋਰੋ ਬ੍ਰੋ ਗੋਡ ਬਲੈਸ ਯੂ ਲਵ ਯੂ ਓਕੇ ਜੀ ਜਿੰਨੇ ਵੀ ਫੈਨਸ ਨੇ ਸੱਜਣ ਨੇ ਸਰੋਤੇ ਨੇ ਸਾਰਿਆਂ ਤੋਂ ਇਜਾਜ਼ਤ ਲੈਣਾ ਹੈਵ ਅ ਫੈਂਟੈਸਟਿਕ